ਬਾਈ ਜੇ ਨਾ ਕੋਈ ਪੰਜਾਬੀ ਟੀਕਾ ਲਾ ਕੇ ਪਿਆ ਹੁੰਦਾ, ਕੋਈ ਨਸ਼ਾ ਕਰਕੇ ਪਿਆ ਹੁੰਦਾ, ਤਾਂ ਇਹ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋਣੀ ਸੀ ਪੰਜਾਬੀਆਂ ਨੂੰ ਬਦਨਾਮ ਕਰਨ ਲਈ। ਹੁਣ ਮੈਂ ਦੇਖਦਾ ਵੀ ਇਹ ਮਿਹਨਤੀ ਮੁੰਡਿਆਂ ਦੀ ਵੀਡੀਓ ਕੌਣ ਵਾਇਰਲ ਕਰਦਾ, ਕਿੰਨੀ ਕੁ ਵਾਇਰਲ ਕਰਦਾ, ਕਿੰਨੇ ਕੁ ਤੁਸੀਂ ਪੰਜਾਬੀ ਮੁੰਡਿਆਂ ਨਾਲ ਪਿਆਰ ਕਰਦੇ ਆ, ਤਾਂ ਜੋ ਸਾਡੇ ਪੰਜਾਬੀ ਮੁੰਡੇ ਪੰਜਾਬ ਵਿੱਚ ਰਹਿ ਕੇ ਕੰਮ ਕਰ ਸਕਣ, ਦੇਖਦੇ ਹਾਂ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਇਸ ਵਕਤ ਨਾ ਸਵੇਰ ਦੇ 7 ਵਜੇ ਹੋਏ ਆ। ਇਹ ਮੁੰਡੇ ਬਾਈ ਸਾਡੇ ਪਿੰਡ ਦੇ ਹੀ ਆ, ਪਰ ਇਹਨਾਂ ਨੇ ਹੁਣ ਸਰੀਆ ਬੰਨ੍ਹ ਕੇ ਨਾ ਖਰੜ ਜਾਣਾ ਇਹ ਕੰਮ ਕਰਨ, ਅਤੇ ਰਾਤ ਵੀ ਮੇਰੇ ਕੋਲ ਆਏ ਤੇ ਇਹ ਵਿਚਾਰੇ ਮੈਨੂੰ ਰਾਤ ਆ ਕੇ ਕਹਿੰਦੇ ਕਿ ਬਾਈ ਅਸੀਂ ਹੁਣ ਸਰੀਆ ਬੰਨ੍ਹ ਦਿੰਦੇ ਹਾਂ, ਲੇਕਿਨ ਜਿੱਥੇ ਮੇਰਾ ਸਰੀਆ ਪਿਆ ਤਾਂ ਨਾ ਉੱਥੇ ਇੱਕ ਸੁਸਰੀ ਜਗ੍ਹਾ ਏ, ਉਹ ਦੇਖੋ ਉਹ ਸਾਹਮਣੇ ਸਰੀਆ ਪਿਆ, ਆਹ ਦੇਖੋ ਰਾਤ ਹਨੇਰਾ ਤਾਂ। ਮੈਂ ਕਿਹਾ ਨਹੀਂ ਬਾਈ ਵੀ ਤੁਸੀਂ ਸਵੇਰੇ ਆ ਜਾਇਓ। ਸੋ ਦੋਸਤੋ, ਮੇਰੀ ਨਾ ਇੱਕੋ ਮਕਸਦ ਹੁੰਦਾ ਵੀਡੀਓ ਬਣਾਉਣ ਦਾ ਸਾਡੇ ਪੰਜਾਬੀ ਮੁੰਡਿਆਂ ਦੇ ਲਈ, ਕਿ ਜਿਹੜੇ ਮੇਰੇ ਯਾਰ ਦੋਸਤ, ਮੇਰੇ ਸੱਜਣ ਜਿਹੜੇ ਪ੍ਰਦੇਸ਼ਾਂ ਵਿੱਚ ਜਾਂਦੇ ਆ ਨਾ, ਆਪਣੇ ਪਰਿਵਾਰਾਂ ਤੋਂ ਦੂਰ ਜਾਂਦੇ ਆ, ਹੈ ਨਾ, ਪ੍ਰਦੇਸ਼ਾਂ 'ਚ ਰਹਿਣਾ ਬਹੁਤ ਔਖਾ ਹੈ ਬਾਈ। ਅਗਰ ਉਹ ਮੇਰੇ ਦੋਸਤ ਇਹਨਾਂ ਮੁੰਡਿਆਂ ਦੀ ਤਰ੍ਹਾਂ, ਇਹਨਾਂ ਦੀ ਤਰ੍ਹਾਂ ਮਿਹਨਤ ਕਰਨ, ਤਾਂ ਪ੍ਰਦੇਸ਼ਾਂ ਨਾਲੋਂ ਜ਼ਿਆਦਾ ਕਮਾਈ ਕਰ ਸਕਦੇ ਆ, ਅਗਰ ਉਹ ਸਹੀ ਢੰਗ ਦੇ ਨਾਲ ਕੰਮ ਕਰਨ। ਪਰ ਬਾਈ ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਕਰ ਦੱਸ ਦਿੰਦਾ, ਕਿ ਜਿਹੜਾ ਬੰਦਾ ਮਿਹਨਤੀ ਆ ਨਾ, ਜਿਹੜੇ ਬੰਦੇ ਨੂੰ ਕੰਮ ਕਰਨ ਦਾ ਢੰਗ ਆ ਗਿਆ, ਕਹਿੰਦੇ ਹੁੰਦੇ ਆ ਨਾ ਜਿਹਨੂੰ ਕੰਮ ਕਰਨ ਦਾ ਆ ਗਿਆ ਤਰੀਕਾ, ਉਹਦਾ ਐਥੀ ਅਮਰੀਕਾ, ਉਹਦਾ ਐਥੀ ਅਮਰੀਕਾ ਏ। ਹੋਰ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਆ। ਅਗਰ ਤੁਹਾਡੇ ਹੱਥ ਦੇ ਵਿੱਚ ਸਕਿੱਲ ਆ, ਅਗਰ ਤੁਹਾਡੇ ਹੱਥ ਦੇ ਵਿੱਚ ਹੁਨਰ ਆ ਨਾ, ਉਹ ਹੁਨਰ ਨੂੰ ਤੁਸੀਂ ਸਹੀ ਢੰਗ ਨਾਲ ਵਰਤ ਸਕਦੇ ਆ। ਅਗਰ ਉਹ ਤੁਸੀਂ ਸਹੀ ਢੰਗ ਨਾਲ ਕੰਮ ਕਰਦੇ ਆ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਆ। ਆਹ ਦੇਖ ਲਓ, ਇਹ ਬਾਈ ਮੇਰੇ ਕੋਲ 7 ਵਜੇ ਕੰਮ ਨੂੰ ਆ ਗਏ ਆ, ਅਤੇ ਇਹਨਾਂ ਨੇ ਇੱਥੇ ਕੰਮ ਖਤਮ ਕਰਕੇ ਖਰੜ ਪਹੁੰਚਣਾ ਏ, ਇਹਨਾਂ ਨੇ ਉੱਥੇ ਜਾ ਕੇ ਵੀ ਕੰਮ ਕਰਨਾ ਏ। ਉੱਥੇ ਤਾਂ ਆ ਕੇ ਅਗਰ ਰਾਸਤੇ 'ਚ ਕੋਈ ਹੋਰ ਇਹਨਾਂ ਨੂੰ ਫੋਨ ਆ ਗਿਆ ਉੱਧਰੋਂ ਆਉਂਦੇ ਹੋਏ, ਇਹਨਾਂ ਨੇ ਉਹ ਵੀ ਕੰਮ ਲਪੇਟ ਦੇਣਾ। ਇਹ ਨਹੀਂ ਆ ਕਿ ਇੱਕ ਕੰਮ ਕਰਕੇ ਇਹਨਾਂ ਨੇ ਆਪਣੀ ਛੁੱਟੀ ਕਰਤੀ, ਨਹੀਂ, ਇਹਨਾਂ ਨੇ ਹੋਰ ਵੀ ਜਿਹੜੇ ਕੰਮ, ਜੋ ਜਿਹੜਾ ਵੀ ਫੋਨ ਆਈ ਗਿਆ, ਇਹਨਾਂ ਨੇ ਉਹ ਕੰਮ ਨਿਬੇੜੀ ਜਾਣਾ ਆਉਂਦਿਆਂ ਨੇ। ਸੋ ਇਸੇ ਢੰਗ ਦੇ ਨਾਲ ਅਗਰ ਆਪਾਂ ਸਾਰੇ ਜਿੰਨੇ ਵੀ ਸਾਡੇ ਪੰਜਾਬੀ ਮੁੰਡੇ ਆ, ਜਿਹੜੇ ਪ੍ਰਦੇਸ਼ਾਂ ਵਿੱਚ ਜਾ ਕੇ ਯਾਰ ਉਹਨਾਂ ਸ਼ੇਖਾਂ ਦਾ ਕੰਮ ਕਰਦੇ ਆ, ਗੁਲਾਮੀ ਕਰਦੇ ਆ ਕਿਸੇ ਦੇ ਮੂਹਰੇ, ਹੈ ਨਾ, ਕਿਸੇ ਦੇ ਢੰਗ ਨਾਲ ਕੰਮ ਕਰਦੇ ਆ, ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਆ। ਅਸੀਂ ਆਪਣੀ ਪੰਜਾਬ ਦੀ ਧਰਤੀ 'ਤੇ ਰਹਿ ਕੇ ਸੋਹਣੀ ਕਮਾਈ ਕਰ ਸਕਦੇ ਹਾਂ, ਅਸੀਂ ਆਪਣੇ ਪੰਜਾਬ ਨੂੰ ਇਹ ਬਹੁਤ ਸੋਹਣਾ ਬਣਾ ਸਕਦੇ ਹਾਂ ਸੱਜਣੋ, ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ। ਬਸ ਮੈਂ ਹਰੇਕ ਵੀਡੀਓ 'ਚ ਕਹਿੰਦਾ ਹੁੰਦਾ, ਪ੍ਰਦੇਸ਼ਾਂ ਨੂੰ ਨਾ ਜਾਓ ਬਾਈ, ਜੇ ਜਾਣਾ ਵੀ ਹੈ ਯਾਰ ਉਰੇ ਵਧੀਆ ਢੰਗ ਨਾਲ ਕੰਮ ਕਰਕੇ ਘੁੰਮਣ ਫਿਰਨ ਜਾਓ, ਕੈਨੇਡਾ, ਅਮਰੀਕਾ, ਯੂਰਪ ਕੰਟਰੀਆਂ 'ਚ, ਹੈ ਨਾ, ਤੁਸੀਂ ਘੁੰਮਣ ਫਿਰਨ ਜਾਓ, ਕਿਸੇ ਦੀ ਗੁਲਾਮੀ ਕਰਨ ਨਾ ਜਾਓ, ਕਿਸੇ ਦੇ ਥੱਲੇ ਕੰਮ ਕਰਨ ਨਾ ਜਾਓ। ਹੁਣ ਆਹ ਮੁੰਡਾ ਇਹ ਸਾਡੇ ਪਿੰਡ ਦਾ ਏ, ਉਹ ਵੀ ਬਾਈ ਸਾਡੇ ਪਿੰਡ ਦਾ ਏ, ਵਿਚਾਰੇ ਐਨ ਬਹੁਤ ਵਧੀਆ ਇੱਕ ਨਾ ਟੀਮ ਵਰਕ ਕੰਮ ਕਰਦੇ ਆ ਬਾਈ, ਬਹੁਤ ਵਧੀਆ ਟਾਈਮ ਟੂ ਟਾਈਮ ਕੰਮ ਆ ਇਹਨਾਂ ਮੁੰਡਿਆਂ ਦਾ, ਸਰੀਏ ਦਾ ਕੰਮ ਕਰਦੇ ਆ, ਬਹੁਤ ਢੰਗ ਨਾਲ ਕੰਮ ਕਰਦੇ ਆ। ਮੈਂ ਸਕਰੀਨ 'ਤੇ ਇਹਨਾਂ ਦਾ ਨੰਬਰ ਬਾਈ ਪਾਊਂਗਾ ਤੁਹਾਨੂੰ, ਚਮਕੌਰ ਹਲਕੇ 'ਚ, ਰੋਪੜ, ਚੰਡੀਗੜ੍ਹ, ਮੋਹਾਲੀ, ਖਰੜ, ਕੁਰਾਲੀ, ਕਿਤੇ ਵੀ ਤੁਹਾਨੂੰ ਸਰੀਆ ਬਣਾਉਣ ਦੀ ਜ਼ਰੂਰਤ ਹੋਵੇ, ਜਿੱਦਾਂ ਦਾ ਸਰੀਆ ਅਰਬ ਕੰਟਰੀਆਂ 'ਚ ਬਿਲਡਿੰਗਾਂ ਦਾ ਬੰਨ੍ਹਦੇ ਆ, ਉੱਦਾਂ ਦਾ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪ੍ਰੋਜੈਕਟ ਹੋਵੇ, ਕੋਈ ਪੌੜੀ ਹੋਵੇ, ਤਾਂ ਤੁਸੀਂ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਾਂ। ਸੋ ਵੱਧ ਤੋਂ ਵੱਧ ਆਪਣੇ ਪੰਜਾਬੀ ਮੁੰਡਿਆਂ ਨੂੰ ਕੰਮ ਦਿਓ ਸੱਜਣੋ, ਵੱਧ ਤੋਂ ਵੱਧ ਕੰਮ ਦਿਓ, ਕਿ ਜਿਹੜੇ ਬਾਹਰ ਨੂੰ ਚਲ ਗਏ ਆ ਉਹ ਬਾਹਰ ਜੋਗੇ ਰਹਿ ਗਏ ਆ। ਤਾਂ ਕਰਕੇ ਮੈਂ ਕਹਿੰਦਾ ਹੁੰਦਾ, ਆਪਣੇ ਮੁੰਡਿਆਂ ਨੂੰ ਕੰਮ ਦਿਓ, ਪਰਦੇਸੀਆਂ ਦਾ ਗੋਲੀ ਮਾਰੋ, ਛੱਡੋ ਸਾਰਿਆਂ ਨੂੰ, ਆਪਣੇ ਮੁੰਡਿਆਂ ਨੂੰ ਕੰਮ ਦਿਓ, ਅਤੇ ਇਹਨਾਂ ਨੂੰ ਤੁਸੀਂ ਪੰਜਾਬ ਦੇ ਹੀ ਰੱਖੋ। ਉਹਦੇ ਨਾਲ ਕਿਆ ਏ, ਅਗਰ ਇਹ ਮੁੰਡੇ ਕੰਮ ਕਰੂੰਗੇ ਤਾਂ ਸਾਡੇ ਬੱਚੇ ਵੀ ਇਹਨਾਂ ਨੂੰ ਦੇਖ ਕੇ ਫੋਲੋ ਕਰੂੰਗੇ, ਬੱਚੇ ਸਾਡੇ ਇਹਨਾਂ ਨੂੰ, ਸਾਡੇ ਬੱਚਿਆਂ ਨੂੰ ਵੀ ਸ਼ਿਕਸ਼ਾ ਹੋਊਗੀ ਸੱਜਣੋ, ਸਾਡੇ ਭਾਈਆਂ ਨੂੰ ਵੀ ਸ਼ਿਕਸ਼ਾ ਹੋਊਗੀ, ਨਹੀਂ ਸਾਰੇ ਬਾਹਰ ਨੂੰ ਭੱਜੀ ਜਾਂਦੇ ਆ।
ਸਾਰੀ ਬਾਹਰ ਨੂੰ ਭੱਜੀ ਜਾਂਦੇ ਆ। ਜਿਹੜਾ ਗਰੀਬ ਬੰਦਾ ਉਹ ਅਰਬ ਕੰਟਰੀ 'ਚ ਜਾਈ ਜਾਂਦਾ ਗੁਲਾਮੀ ਕਰਨ, ਜਿਹੜਾ ਅਮੀਰ ਬੰਦਾ ਏ ਉਹ ਅੰਗਰੇਜ਼ਾਂ ਦੀਆਂ ਕੰਟਰੀਆਂ 'ਚ ਜਾਈ ਜਾਂਦਾ। ਕਰਦੇ ਕਿਆ ਏ, ਉੱਥੇ ਜਾ ਕੇ ਵੀ ਗੁਲਾਮੀ ਕਰਦੇ ਆ। ਭਗਤ ਸਿੰਘ ਹੋਣਾ ਨੇ, ਊਧਮ ਸਿੰਘ ਹੋਣਾ ਨੇ, ਸਰਾਬੇ ਹੋਣਾ ਨੇ ਆਪਣੀਆਂ ਕੁਰਬਾਨੀਆਂ ਦੇ ਤੀਆਂ, ਸ਼ਹੀਦੀਆਂ ਦੇ ਤੀਆਂ ਅੰਗਰੇਜ਼ਾਂ ਨੂੰ ਉਰੇ 'ਤੇ ਕੱਢਣ ਲਈ, ਅਤੇ ਹੁਣ ਅਸੀਂ ਉੱਥੇ ਜਾ ਕੇ ਗੁਲਾਮੀਆਂ ਕਰ ਰਹੇ ਹਾਂ। ਧੱਕੇ ਨਾਲ ਜਾਂਦੇ ਹਾਂ ਅਸੀਂ ਉੱਥੇ, ਬਾਈ ਵੀਜ਼ੇ ਲੈਂਦੇ ਹਾਂ, ਲੱਖਾਂ ਰੁਪਇਆ ਖਰਚ ਕੇ ਜਾਂਦੇ ਆ। ਅਗਰ ਤੁਸੀਂ ਉਨਾ ਕੰਮ ਉਰੇ ਕਰੋ ਨਾ, 19 ਘੰਟੇ ਉਰੇ ਲਾਓ ਬਾਈ, ਉੱਥੇ ਨਾਲੋਂ ਵੱਧ ਕਮਾਈ ਕਰ ਸਕਦੇ ਆ। ਸੋ ਵੀਡੀਓ ਨੂੰ ਬਾਈ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਪੰਜਾਬੀ ਮੁੰਡਿਆਂ ਦੇ ਹੌਸਲੇ ਲਈ ਬਾਈ। ਧੰਨਵਾਦ ਸੱਜਣੋ।